ਮਰਨਾ ਉਡੀ ਮੈਂ ਪੀਆ ਜੇ ਨਹੀਂ ਘਰ ਦੇ ਵਿੱਚ ਭਿਰਾ ਤੇਰੇ ਕੋ ਗਿਣਤੇ ਆਇਆ ਮੈਨੂੰ ਉਸ ਟੱਕੇ ਦਾ ਕੰਮ ਨਹੀਂ ਕਰੇਂਦਾ ਹੋਣੀ ਕੋਈ ਘਰ ਦੇ ਵਿੱਚੋਂ ਕੱਢ ਹਰਾਮ ਦਾ ਪੈਸਾ ਨਹੀਂ ਮਹਿੰਗਾਈ ਦਾ ਦੌਰ ਹੈ ਤੂੰ ਲਾਂਤੀ ਕੋ ਮੈਂ ਖਵਾਵਾਂ ਖੜਾ ਹੂੰ ਅਮੀਰੇ ਕੋ ਹੂੰ ਮੈਂ ਤੇ ਕੋ ਨਜ਼ਰ ਕਾ ਨਾ ਆਇਆ ਜਿਹੜੇ ਵੇਲੇ ਮੇਰੇ ਦਾਦ ਦੇ ਵਿੱਚੋਂ ਆਇਆ ਹੂੰ ਮੈਂ ਤੇ ਪਤਾ ਕਾ ਨਾ ਆਇਆ ਨਾ ਦਾ ਤਾਂ ਅਮੀਰ ਹੈ ਉਹ ਚੰਦਰਾ ਖਾਲੀ ਨਾ ਦਾ ਅਮੀਰ ਹੈ ਨਾ ਦਾ ਵੈਸੇ ਅਮੀਰ ਨਹੀਂ ਦਿਲ ਦਾ ਗਰੀਬ ਹੈ ਨਾ ਦਾ ਅਮੀਰ ਹੈ ਕਤਰਾ ਆ ਮੇਰੇ ਭਰਾ ਦਾ ਗਿੱਲਾ ਕਰੇਂਦਾ ਰਾ ਮੀ ਹਰ ਵਾਰ ਮੇਰਾ ਭਰਾ ਵੱਡੇ ਦਿਲ ਵਾਲਾ ਬੰਦਾ ਹੈ ਉਹ ਆਪਣਾ ਫੂਕਣੀ ਨਹੀਂ ਹਾਂ ਭਾ ਬਾਰਾਂ ਵਾਲੀ ਫੂਕਣੀ ਹਾਂ ਉਹ ਸਮਝ ਗਏ ਕਿ ਉਹ ਭਰਾ ਤੇਰਾ ਫੂਕਣੀ ਹੈ ਤੇ ਤੂੰ ਕਿਹੜਾ ਚੰਗਾ ਹੈ ਡਰਾਮਾ ਮੈਂ ਡਰਾਮਾ ਹਾਂ ਹਾਂ ਵਾਹ ਵੇ ਮੌਤ ਦਾ ਗਾਡਾ ਮੈਂ ਜਾਣਾ ਵੀ ਤੂੰ ਤਾਂ ਮੌਤ ਦਾ ਗਾਡਾ ਹੈ ਅੱਛਾ ਹੂੰ ਵਾਲੇ ਕਹਿੰਦਾ ਨਾ ਤੇਰੀ ਅੰਤੇ ਕੋ ਮੌਤ ਦਾ ਗਾਡਾ ਖਾਣਾ ਖਰਾਬ ਥੀ ਵੀ ਤਰੇ ਮਾਂ ਖਾਣੇ ਪੀ ਲੈਨੇ ਆ ਇੱਕ ਮਹੀਨੇ ਦੇ ਵਿੱਚ ਛੱਪਾ ਰੋਟੀ ਨਾ ਖਾਣੀ ਛੱਤਰੀ ਰੋਟੀ ਸਵੇਰੇ ਤੇ ਛੱਤਰੀ ਰੋਟੀ ਸ਼ਾਮ ਨੂੰ ਖਾਣੀ ਅੱਛਾ ਮੇਰੇ ਘਰਾਨੇ ਦਾ ਰਾਣੀ ਤੂੰ ਕਿਤਨਾ ਖਾਣੀ ਦੇ ਤਾਂ ਸਹੀ ਨਹੀਂ ਹੋਏ ਬੇਟੇ ਕੋ ਛੋਟਾ ਪੱਲਾ ਪੀ ਬਾਹਰ ਲਈ ਤੂੰ ਅੱਜ ਭਿਰਾ ਤੇ ਰਹਿਣ ਆਉਣ ਵਾਲਾ ਏ ਇੱਕੋ ਘਰੋਂ ਕੱਢ ਬੇਗਰਤ ਮੈਂ ਨਾ ਨੱਕ ਮੇਰਾ ਵੈਸੀ ਤਾਂ ਮੈਂ ਵੀ ਨਾਲ ਵੈਸਾਂ ਭਿਰਾ ਤੇ ਭਿਰਾ ਭਿਰਾ ਇਹ ਭਿਰਾ ਕੋ ਕੱਢ ਮੇਰਾ ਭਿਰਾ ਵੈਸੀ ਤਾਂ ਤੇਰੇ ਘਰ ਮੈਂ ਵੀ ਵੈਸਾ ਓ ਖੈਰ ਜਾਨ ਬਰੋ ਜ ਕਈ ਖੱਪ ਪਾਤੀ ਬੈਠੀ ਵਾ ਯਾਰ ਯਾਰ ਖੱਪ ਪਾਤੀ ਬੈਠਾ ਮੈਂ ਹੱਥ ਬਧੇ ਨਾ ਸਾਰਾ ਦੀ ਤੇਰਾ ਸ਼ਿਕਾਇਤ ਹੈ ਉਹਦੇ ਹੋਟਲ ਤੇ ਰਹਿਨੀ ਅਗਲੇ ਦਿਨ ਉਹਦੇ ਆਪਣਾ ਅਮਾ ਸਾਗਰ ਦੇ ਹੋਟਲ ਤੇ ਗਈ ਆ ਗਈ ਨਾ ਉੱਥੋਂ ਕੇ 300 ਰੁਪਿਆ ਹੁੰਦੀ ਉਧਾਰ ਕੀਤੀ ਗਣੀ ਤੋਤੀ ਸ਼ਾਹ ਦੇ ਹੋਟਲ ਤੇ ਗਈ ਤਾਂ ਹੁੰਦੀ ਉਧਾਰ ਕੀਤੀ ਗਣੀ ਮੈਂ ਨਾਸ਼ਤਾ ਹੈ ਤੇ 300 ਕੇ ਦਾ ਬਿਲ ਬਣ ਗਏ ਨਾ ਤੇਰਾ ਨਾਸ਼ਤਾ ਥੋੜਾ ਕਰ ਜਿਵੇਂ ਤੇਰੀ ਭੈਣ ਬੈਠੀ ਹੈ ਜਿਵੇਂ ਤੂੰ ਬੈਠੀ ਜਾ ਮੇਰੇ ਤਾਂ ਮੈਂ 50 ਮਣ ਦਾਣੇ ਗਿੰਨਾ ਮੇਰੇ ਕੋਈ ਬਾਲ ਤਾਂ ਨਹੀਂ ਤੂੰ ਸਾਂ ਮੇਕੋ ਬਰਬਾਦ ਕੀਤੀ ਵੇ ਤੂੰ ਜਾਨ ਛੋੜ ਵਾਂ ਮੈਂ ਤੇਰਾ ਕੀ ਖਾਣਾ ਬੇਟਾ ਕਿਦਾ ਖਾਣਾ ਬੇਟੀ ਮੈਂ ਆਪਣੀ ਭੈਣ ਦੀ ਕੱਟੀ ਖਾਣਾ ਬੇਟਾ ਆਪਣੀ ਭੈਣ ਦੇ ਘਰ ਬੈਠਾ ਕੀ ਯਾ ਅੱਲਾ ਮੇਕੋ ਮੌਤ ਦੇ ਦੇ ਉਹ ਸਦੀਕ ਨਹੀਂ ਫੋਟੋ ਵਾਲਾ ਉਹ ਕੋ ਲਹਨਤ ਪਵੇ ਜਦਾਂ ਹੂੰ ਦੀ ਉਹੀ ਦੈਨ ਦਾ ਰਿਸ਼ਤਾ ਮੇਰੇ ਨਾਲ ਕਰਾਇਆ ਤੇ ਤੂੰ ਮਨੂਸ ਰਲੇ ਆ ਤਾਂ ਜੇ ਮੈਂ ਤੇ ਕੋ ਭੇਂਤੀ ਆਇਆ ਬਾ ਕੋ ਮੇ ਕੋ ਮਿਲੇ ਤਾਂ ਸਹੀ ਕੰਜਾ ਲਾਇਆ ਕਿਉਂ ਹਵੇ ਮਰਾ ਯਾਰ ਖੁਦਾ ਦਾ ਵਾਸਤੇ ਤੂੰ ਹੀ ਦੀ ਜਾਨ ਛੋੜਵਾ ਹੂੰ ਲੈ ਦਾਦਾ ਮੈਂ ਰਲੇ ਦੇ ਉਤ ਮੈਂ ਤਾਂ ਕਿ ਕੋਈ ਆਦੀ ਢਾਂਡੇ ਢੋੜ ਦੀ ਕਰੇ ਸੀ ਘਰੇ ਨਹੀਂ ਕਰੇ ਸੀ ਤੂੰ ਤਾਂ ਉਹ ਤਾਂ ਮਨੂਸ ਨਹੀਂ ਕੀਤੀ ਉਲਟਾ ਮੇ ਕੋ ਕਰਨੇ ਹੀ ਦੇ ਦਿੱਤੀ ਮੇਰੇ ਕੋਲ ਢਾਂਡੇ ਦੀ ਦੀ ਅਸੀਂ ਗੱਲ ਪਤਲੀ ਬਾ ਬੰਦਾ ਮੈਂ ਭੇਣ ਦੀ ਖਿਦਮਤ ਕਰਾਣਾ ਹੈ ਜਾਂ ਤੇਰੀ ਕਰਾਣਾ ਹੈ ਪਲੀ ਭੇਣ ਕੋ ਆਗ ਥੋੜਾ ਖਾਵੇ ਮਾਸ਼ਾਅੱਲਾ ਖਾਵੇ ਦੇਖਾਂ ਕਿਵੇਂ ਪਲੀ ਪੋਜੇ ਛੋਟੀ ਮਾਂਝ ਦਿੱਤੇ ਤੇ ਮਾਂਝ ਮਾਂਝ ਤੇ ਦਿੱਤੀ ਓਏ ਮਾਂਝ ਨਾ ਰੇ ਚੰਦਰਾ ਤੇਰੇ ਅਲੀ ਕਾ ਰਹੀ ਜਨਨ ਤੂੰ ਐ ਹੁਣ ਮਾਂਝ ਹੀ ਕੋ ਮੈਂ ਕੀਤੇ ਅਮਰਾਣਾ ਮੇਰੇ ਤਾਂ ਘਿਰਾ ਬੈਠਾ ਗੈਣੀ ਮੈਂ ਘਿਰਾ ਗਿਣਦਾ ਹਾਂ ਮੈਂ ਇਤਨਾ ਖਵਾ ਮੈਂ ਇਤਨਾ ਖਵਾ ਮੈਂ ਪਾਏ ਤੇ ਦੁਸ਼ਮਣ ਨਹੀਂ ਤੂੰ ਜ਼ਾਲਮਿਆ ਤੇ ਮੈਂ ਕੁਪਾਲ ਦੇਵਿਆ ਇੱਕ ਬਾਲ ਨਹੀਂ ਦਿੱਤਾ ਹਾਲੀ ਤੱਕ ਅੱਛਾ ਜਹਾੜੇ ਦਾ 8 ਦਿਨ ਸ਼ਾਦੀ ਕੋ ਮੈਂ ਪਹਿਲੇ ਪਿੱਛੇ ਚਈ ਲਵਾ ਬਾ 8 ਦਿਨ ਖੁਦਾ ਚੰਗਾ ਕਰੀ 8 ਸਾਲ ਆ ਭੋਲੀ ਤੇਰਾ ਚੇਤਾ ਨਿਕਲੇ 8 ਸਾਲ ਤੂੰ ਇਹ 8 ਸਾਲ 8 ਸਾਲ ਮੈਂ ਖੜ ਦੇ ਵਿੱਚ ਕੱਤੀ ਬੈਠੀ ਆ ਮੈਂ ਬਾਲ ਤੱਕ ਦੇ ਮਾਂ ਮੇਰੀ ਇਹ ਹਾਲਤ ਬੱਚੀਏ ਆਦੇ 2 ਸਾਲ ਬਾਅਦ ਮੇਰਾ ਕੰਮ ਖਤਮ ਥੀ ਵੇ ਤੇ ਮੈਂ ਬਾਲ ਜਣ ਦੇ ਕਾਬਿਲ ਆ ਓਏ ਤੂੰ ਨਿਕਲ ਵਈ ਘਰ ਯਾ ਗਾਲ ਹੈ ਹਾਂ ਠੀਕ ਹੈ ਮੈਂ ਰਕਸ਼ਾ ਸਨੇ ਨਾ ਤੇ ਮੈਂ ਲੈ ਲੈਣਾ ਕਿਆ ਓਏ ਆਪਦੀ ਭੈਣ ਕੋ ਓਏ ਉਹ ਸਮਾਨ ਵੀ ਸਮਾਨ ਹਾਂ ਤੂੰ ਮੇਰੀ ਗੱਲ ਸੁਣ ਹਾਂ ਜੀ ਸਮਾਨ ਕਿਉਂ ਲੈ ਰਹੀ ਇਹ ਟਰੈਕਟਰ ਟਰਾਲੀ ਕੋ ਵੀ ਚੈੱਕ ਵਾਂ ਰੂਸੀ ਟਰੈਕਟਰ ਕੋ ਚੈੱਕ ਵਾਂ ਮੇਰੀ ਵੀ ਟਰੱਕ ਕੋ ਨੂੰ ਵੀ ਜਾਨ ਛੁੱਟ ਪੋਸੀ ਜਿਹੜਾ ਇੱਕ ਟਰੱਕ ਬੈਠੇ ਸੀ ਆ ਹਾਂ ਤੂੰ ਟਰੱਕ ਮੈਂ ਤਾਂ ਕੋ ਟਰੈਕਟਰ ਟਰਾਲੀ ਸੀ ਕਿ ਤੂੰ ਟਰੱਕ ਕੇ ਹੂੰ ਲੈ ਤਾਂ ਕਿ ਮੈਂ ਕਿਦਾਂ ਦੱਤਾ ਹੂੰ ਮੈਂ ਹੀਰ ਤੂੰ ਹੀਰਾਈ ਤੂੰ ਸੋਨਾਈ ਤੂੰ ਹੀ ਹੁਣ ਮੈਂ ਤੇਰੇ ਕਿਤੇ ਟਰੱਕ ਬਣ ਗਿਆ ਤੇ ਹੁਣ ਮੈਂ ਤੇਰੇ ਕਿਤੇ ਲੂਸੀ ਟਰੈਕਟਰ ਬਣ ਗਈਆਂ ਲੂਸੀ ਨਹੀਂ ਲੂਸੀ ਲੂਸੀ ਨੋ ਨਿਕਲੋ ਇ ਤੂੰ ਅੱਛਾ ਵੇ ਸੁਣ ਲਾਲਾ ਹਾਂ ਜਾਨ ਬਲੋਚ ਮੇਰੀ ਗੱਲ ਗੌਰ ਨਾਲ ਸੁਣ ਕੇ ਸੁਣ ਸਵੇੜੀਆ ਹੈ ਕੇਜਰੀਆ ਸਾਂ ਨਾਲ ਚਾਹੀਵੇ ਨੇ ਸੇ ਠੀਕ ਹੈ ਸਰਦਿਆਂ ਦੇ ਜਾੜੇ ਬਾਕੀ ਵੀ ਬਚਦੇ ਪਏ ਤਾਂ ਇਥੇ ਹੀ ਪਕੌੜਾ ਬਣਨੇ ਤੇਰੀ ਲਾਸ਼ ਇਥੇ ਹੀ ਬੜਕਸੇ ਸੁਲਕ ਸੇ ਪਈ ਹਾਂ ਉੱਚੀ ਅਤੀ ਓਏ ਨਾ ਓਏ ਓਏ ਲਾ ਬਸ ਓਏ ਨਾ ਔਰ ਰਾਣਾ ਦੇ ਭਾਈ ਓਏ ਨਾ ਹਰ ਵੇਲੇ ਤੂੰ ਮੇਰੀ ਬੇਇੱਜ਼ਤੀ ਕਰੇ ਨੇ ਹਰ ਵੇਲੇ ਮੇਰੇ ਭਰਾ ਦੀ ਬੇਇੱਜ਼ਤੀ ਕਰੇ ਨਾ ਰਾਣੇ ਤੂੰ ਏ ਓਏ ਸਰਦੇ ਦੇ ਵੀ ਜਾੜੇ ਨਹੀਂ ਇਹ ਤਾਂ ਕਟਵਾਓ ਚੱਲ ਲਾ ਵਾਸਤੇ ਓਏ ਬੇਗਮ ਦਾਦੀ ਨਾ ਬਸ ਬਸ ਇਹ ਸਰਦੇ ਦੇ ਵੀ ਜਾੜੇ ਕਟਵਾਓ ਚੱਲ ਆ ਬੇਸ਼ੱਕ ਤੇ ਵੰਜੋ ਕੇ
مزاق نو زبان کٹوانی پوسے میرے کو بس ہن ختم ہاتھ ملا چل بیگم تسا اتنے رکھو رکھو مائے والے تیری بھیڑ تے رکھے نا ہاتھ وے کہنا وے کہ دیکھا دیکھ